ਵਾਲੇਕੁਮ ਦੋਸਤੋ ਅਤੇ ਸੱਜਣੋ, ਉਮੀਦ ਹੈ ਤੁਸੀਂ ਖੁਸ਼ਹਾਲ ਹੋਵੋਗੇ ਅਤੇ ਅੱਲਾ ਤੁਹਾਨੂੰ ਖੁਸ਼ਹਾਲ ਰੱਖੇ। ਅੱਜ ਜਿਹੜੀ ਨਜ਼ਮ ਮੈਂ ਲੈ ਕੇ ਆਇਆ, ਪੰਜਾਬੀ ਦੀ ਮਜ਼ਾਹੀਆ ਨਜ਼ਮ ਹੈ ਜਿਹਦਾ ਅਨਵਾਨ ਹੈ ਕੁੱਤਾ ਗਾਇਬ ਹੈ। ਇਹ ਨਜ਼ਮ ਕੁਛ ਇਸ ਤਰ੍ਹਾਂ ਹੈ ਕਿ ਇੱਕ ਚਰਸੀ ਆਪਦੇ ਦੋਸਤਾਂ ਨੂੰ ਦਾਅਵਤ ਦਿੰਦਾ ਹੈ ਕਿ ਮੈਂ ਤੁਹਾਨੂੰ ਬੱਕਰਾ ਖਵਾਉਣਾ। ਜਦੋਂ ਬੱਕਰਾ ਖਾ ਲੈਂਦੇ ਨੇ, ਉਹ ਪੁੱਛਦੇ ਨੇ ਬੱਕਰਾ ਕਿੱਥੋਂ ਆਇਆ? ਉਹ ਕਹਿੰਦਾ ਜੀ, ਬੱਕਰਾ ਮੈਂ ਘਰੋਂ ਚੋਰੀ ਕੀਤਾ ਸੀ, ਕਿਉਂਕਿ ਉਹ ਚਰਸੀ ਸੀ। ਅਤੇ ਘਰੋਂ ਜਦੋਂ ਸਾਰਾ ਖਾਣਾ ਖਾ ਲੈਂਦੇ ਨੇ, ਤਾਂ ਉਹ ਜਦੋਂ ਘਰ ਆਉਂਦਾ ਤਾਂ ਵੇਖਦਾ ਕਿ ਅੱਗੇ ਬੱਕਰਾ ਤਾਂ ਬੰਨਿਆ ਹੈ। ਅਤੇ ਬੇਗਮ ਨੂੰ ਪੁੱਛਦਾ, ਬੇਗਮ ਇਹ ਬੱਕਰਾ ਕਿੱਥੋਂ ਆਇਆ? ਬੇਗਮ ਕਹਿੰਦੀ ਹੈ, ਬੱਕਰੇ ਨੂੰ ਗੋਲੀ ਮਾਰੋ, ਦੱਸੋ ਆਪਣਾ ਟੋਨੀ ਕੁੱਤਾ ਕਿੱਧਰ ਗਿਆ ਸੁਬਹਾ ਦਾ। ਤੋ ਇਹਨੂੰ ਮੈਂ ਰੰਗ ਦਿੱਤਾ ਹੈ ਮਜ਼ਾਹੀਆ ਨਜ਼ਮ ਦਾ। ਬਹਾਰੋ ਫੂਲ ਬਰਸਾਓ, ਚਰਸੀ ਨੇ ਦਾਵਤ ਕੀਤੀ ਜੇ, ਬੇਲੀ ਸੱਜਣ ਸਾਰੇ ਆਓ, ਯਾਰਾਂ 'ਤੇ ਸਖਾਵਤ ਕੀਤੀ ਜੇ। ਬੱਕਰਾ ਉਹ ਕੂਲਾ ਕੂਲਾ ਸਾਰਿਆਂ ਨੇ ਖਾਧਾ ਸੀ, ਤੀਫੀ ਬਿੱਲੂ ਕਾਨਾ ਕੋਝਾ ਵਿੱਚ ਨਾਲ ਮਾਝਾ ਸੀ। ਘਰੋਂ ਕੀਤਾ ਚੋਰੀ ਮੈਂ, ਗੱਲ ਕਰਦਾ ਸਾਦਾ ਸੀ, ਖਾਧਾ ਗੋਸ਼ਤ ਰਜ ਰਜ ਕੇ, ਨਾ ਨਾ ਲਾਇਆ ਕਿਸੇ ਆਡਾ ਸੀ। ਖਾਧਾ ਗੋਸ਼ਤ ਰਜ ਰਜ, ਨਾ ਲਾਇਆ ਕਿਸੇ ਆਡਾ ਸੀ। ਅਤੇ ਅੱਗੇ ਜਦੋਂ ਘਰ ਜਾਂਦਾ ਅਤੇ ਕੀ ਦੇਖਦਾ, ਰੱਸੀ ਉੱਤੇ ਇੱਕ ਸੂਟ ਸੀ ਟੰਗਿਆ ਹੋਇਆ, ਘਰ ਵਿੱਚ ਉਹਦੇ ਬੱਕਰਾ ਸੀ ਬੰਨਿਆ ਹੋਇਆ। ਅਤੇ ਅੱਗੋਂ ਬੇਗਮ ਨੂੰ ਪੁੱਛਦਾ, ਚਰਸੀ ਨੂੰ ਫਿਰ ਨਾ ਹੋਸ਼ ਟਿਕਾਣੇ ਆਇਆ। ਬੇਗਮ ਜੀ ਪੁੱਛਿਆ, ਇਹ ਬੱਕਰਾ ਕਿੱਧਰੋਂ ਆਇਆ? ਅੱਗੋਂ ਬੇਗਮ ਕੀ ਕਹਿੰਦੀ ਗੁੱਸੇ 'ਚ, ਬੇਗਮ ਗਰਜੀ ਮੈਨੂੰ ਤਾਂ ਲੱਗਦਾ ਹੈ ਤੂੰ ਸੁੱਤਾ, ਬੇਗਮ ਗਰਜੀ ਮੈਨੂੰ ਤਾਂ ਲੱਗਦਾ ਹੈ ਤੂੰ ਸੁੱਤਾ, ਸੁਬਹਾ ਤੋਂ ਪਿਆਰਾ ਆਪਣਾ ਗੈਬ ਹੈ ਟੋਨੀ ਕੁੱਤਾ। ਓਕੇ ਜੀ, ਅੱਲਾ ਹਾਫਿਜ਼।